ਏਡਾ ਸੋਹਣਾ ਵਿਊ ਹੋਵੇ ਤੇ ਨਾਲ ਹੋਵੇ ਆਈਸਕ੍ਰੀਮ, ਅਲੱਗ ਹੀ ਨਜ਼ਾਰਾ ਹੈ। ਯੈਸ ਜ਼ਬਰਦਸਤ। ਯੈਸ ਓ ਭਾਈ, ਤਾਲੀਵਾਲ ਦੀ ਸਲਵਾਰ ਫਟ ਗਈ, ਬਾਈ ਦੀ ਸਲਵਾਰ ਫਟ ਗਿਆ। ਓ ਬੱਲੇ ਏ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ? ਆਈ ਹੋਪ ਤੁਸੀਂ ਵਧੀਆ ਹੋ ਗਏ। ਸੋ ਬਾਬਾ ਵੈਲਕਮ ਬੈਕ ਟੂ ਅਨਦਰ ਵਲੌਗ। ਸੋ ਅੱਜ ਸਾਰੀ ਜਨਤਾ ਇਕੱਠੀ ਹੋਈ ਫਿਰਦੀ ਆ, ਮਿਲੋ ਇਹਨਾਂ ਨੂੰ। ਅਮਰਜੀਤ ਜੀ, ਅਮਨ, ਮਨਦੀਪ, ਅਗਲਾ ਮੈਂ ਨਹੀਂ ਬੋਲਦਾ, ਧਾਲੀਵਾਲ ਸਾਹਿਬ ਨੇ ਪੂਰਾ ਨਾਮ ਨਹੀਂ ਬੋਲ ਸਕਦਾ, ਧਾਲੀਵਾਲ ਸਾਹਿਬ ਜ਼ਿਆਦਾ ਮੋੜ ਨਹੀਂ ਸਕਦੇ, ਨਹੀਂ ਤੇ ਇਹਨਾਂ ਨੇ ਸਾਨੂੰ ਮੋੜ ਦੇਣਾ। ਧਾਲੀਵਾਲ ਸਾਹਿਬ ਨੇ ਮੈਚਿੰਗ ਕੀਤੀ ਅੱਜ। ਸੋ ਬਾਬੇ ਅੱਜ ਜਾ ਰਹੇ ਆ ਜੀ ਆਪਾਂ ਰੋਵਨ, ਕਿਹੜੀ ਰੋਵਨ ਰੇਵਨ ਕਿਹੜੀ ਆ, ਰੇਵਨ ਰੇਵਨ ਜਿਹੜੀ ਵੀ ਆ, ਰੋਵਨ ਰੇਵਨ ਪ੍ਰੋਵਿੰਸ਼ੀਅਲ ਪਾਰਕ। ਐਂਡ ਇਹ ਹੋਗਾ ਇਹ ਰਜਾਈਨਾ ਤੋਂ ਹੈਗਾ ਜੀ, ਕਿੰਨਾ 84 ਕਿਲੋਮੀਟਰ, ਦੇਖ ਰਿਹਾ ਦੇਖ ਰਿਹਾ ਲੱਗਦਾ 84 ਕਿਲੋਮੀਟਰ ਲੱਭ ਲੈਣਗੇ ਨਾ, ਇਹਨਾਂ ਤੋਂ ਐਕਸਪਲੇਨ ਨਾ ਕਰਿਆ ਕਰ, 84 ਕਿਲੋਮੀਟਰ ਨਾ ਪੜ ਲੈਣਗੇ ਉਹ, ਫਿਰ ਕੀ ਕਿਹੜਾ ਪੜ ਕੀ ਤਾਲੀ ਉਹ ਬੋਲੀ ਕੀ ਸੀ ਨਾਮ ਥੱਲੇ ਪਾ ਦੀ ਨਾ। ਹਾਂ ਠੀਕ ਹੈ, ਵੀਡੀਓ ਚ ਸੋ ਜੀ ਰਸਤਾ ਬਹੁਤ ਵਧੀਆ ਹੋਇਆ ਪਿਆ ਕਿ ਲਾਈਕ ਮਜ਼ਾ ਆ ਰਿਹਾ ਪੂਰਾ, ਗਰਮੀਆਂ ਦਾ ਕਹਿ ਸਕਦੇ ਹੋ ਤੁਸੀਂ, ਪਹਿਲਾ ਟ੍ਰਿਪ ਆ ਸਾਡਾ 2023 ਦਾ, ਅਗਲੇ ਆ ਰਹੇ ਨੇ ਕੈਂਪਿੰਗ ਵਾਲਾ ਟ੍ਰਿਪ, ਰਸਤਾ ਤਾਂ ਦਿਖਾ ਦੇ ਇੱਕ ਵਾਰੀ ਤੇ ਬਾਕੀ ਤੁਹਾਨੂੰ ਰਸਤਾ ਦਿਖਾਉਂਦੇ ਆ। ਚਲੋ ਜੀ ਘੰਟੇ ਦਾ ਰਸਤਾ ਸਾਰਾ ਦੇਖ ਲਓ, ਅੱਗੇ ਦਿਖਾਓ ਤੇ ਗੱਡੀ ਆਉਂਦੀ ਹੈ, ਚਲੋ ਵੀ ਦਿਖਾਉਂਦੇ ਤੈਨੂੰ ਰੋਜ਼ ਹੀ ਦੇਖਦੇ ਵੀਡੀਓ, ਅੱਗੇ ਵੀ ਦਿਖਾ ਦੇ। ਚਲੋ ਯਾਰ, ਅਗਰ ਚੈਨਲ ਤੇ ਨਵੇਂ ਹੋ ਵੀਡੀਓ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਸਬਸਕ੍ਰਾਈਬ ਕਰ ਦਿਓ, ਇਹਨਾਂ ਨੇ ਬੋਲਣ ਨਹੀਂ ਦੇਣਾ ਕੁਝ, ਆ ਜਾ ਚੱਲਦੇ ਆ। ਅੱਜ ਕਲਾਸ ਲੱਗ ਰਹੀ ਤੇਰੀ, ਉਹ ਦੇਖ ਬ੍ਰੋ ਘਰ ਕਿੱਡਾ ਸੋਹਣਾ, ਕਹਿ ਤੇ ਘਰ ਹੀ ਰਹੇ ਨੇ, ਕਹਿ ਤੇ ਘਰ ਹੀ ਰਹੇ ਨੇ। ਚਲੋ ਚੱਲਦੇ ਆਪਾਂ। ਆ ਜਿਹੜੇ ਡੋਰੀਟੋਸ ਨੇ ਨਾ ਧਾਲੀਵਾਲ ਸਾਹਿਬ ਨੇ ਪਤਾ ਨਹੀਂ ਕਿਹੜੇ ਸਨ ਦੇ ਰੱਖੇ ਹੋਏ ਨੇ, ਨਹੀਂ ਇਹ ਪੂਰੇ ਸਸਕੈਚਵਾਨ ਚ ਕਿਤੇ ਨਹੀਂ ਮਿਲਦੇ। ਅਨਬਾਕਸਿੰਗ ਕਰੀ ਵੀਰੋ, ਕੀ ਰੱਖਿਆ ਇਹਦਾ? ਦਾ ਫਲੇਵਰ ਹੈ ਸਿਰਫ ਇੱਧਰ ਹੀ ਮਿਲਦਾ, ਮੈਂ 1 ਮਿੰਟ ਨੂੰ ਖੋਲ ਲੈ ਤਾਂ ਫਟਾਫਟ ਦਿਖਾ ਦਿੰਦਾ, ਠੀਕ ਹੈ? ਹਾਂ ਵੀ ਕਾਂਟ ਗਿਵ ਯੂ ਦੀ ਸਮੈਲ, ਉਹ ਦੇਖ ਉਹ ਤੇਰਾ ਪਲਾ ਜੇ ਸੰਤਰਾ ਫਲੇਵਰ ਡੋਰੀਟੋਸ, ਇਹਦੇ ਪੰਗਾ ਧਾਲੀਵਾਲ ਸਾਹਿਬ, ਇਹ ਕੀ ਥਾ, ਇਹ ਕੀ ਥਾ ਬ੍ਰੋ? ਡਾਲਰ ਵੱਧ ਗਿਆ ਪਾਸ, ਕਿੰਨਾ ਹੋ ਗਿਆ, 11 ਹੋ ਗਿਆ ਬ੍ਰੋ, ਮਹਿੰਗਾਈ ਹੋ ਗਈ ਨਾ, ਬੰਦਾ ਬੰਦਾ ਬਚ ਗਏ ਬ੍ਰੋ ਪੈਸੇ, ਚਲੋ 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 ਬਾਕੀ 11 ਡਾਲਰ, 8 PM ਕਹਿੰਦੇ ਉਦੋਂ ਤੱਕ ਤਾਂ ਆਪਾਂ ਨਿਕਲ ਜਾਣਾ। ਤਰੋ ਪਹੁੰਚ ਗਏ ਆਪਾਂ ਰੋਵਨ ਰੇਵਨ ਵਾਲੇ ਮਾਹੌਲ ਚਾਲ 'ਚ, ਅਤੇ ਬਹੁਤ ਸੋਹਣਾ ਹੋ ਰੱਖਿਆ ਆ, ਪਿੱਛੇ ਜਨਤਾ ਗਈ ਹੋਈ ਆ, ਕਹਿੰਦੇ ਆਈਸਕ੍ਰੀਮ ਵੇਖਦੇ ਹੈਗੀ ਆ ਕਿ ਨਹੀਂ, ਆ ਜਾ ਅੱਗੇ ਵਿਖਾਈਏ। ਹੋਰ ਧਾਲੀਵਾਲ ਜੀ, ਕਿਵੇਂ ਦਾ ਫੀਲ ਹੋ ਰਿਹਾ ਫਿਰ ਅੱਜ? ਹਾਏ ਹਾਏ
ਸਭ ਕਹਿ ਰਹੇ ਨੇ ਕੁਛ ਖਾ ਪੀ ਲਈਏ, ਭੁੱਖ ਬਹੁਤ ਲੱਗੀ ਹੋਈ ਆ। ਹਾਂਜੀ, ਤੇ ਕਹਿੰਦੇ ਮਾਮਾ ਵੀ ਆ ਟੈਨ ਚ ਜਾਣਾ, ਆਜੋ ਲੈ ਕੇ ਚੱਲ। ਮੱਛਰ ਬਹੁਤ ਆ ਯਾਰ ਇੱਥੇ। ਰੋਮਨਸ ਰੈਵਨਸ ਆ ਰਹੇ ਹੋ ਤੋ ਇਹੀ ਆ ਜੀ ਇੱਕ ਸਟੋਰ ਦੇਖਣ ਵਾਲਾ। ਆਪਾਂ ਨਵੇਂ ਬੂਟ ਪਾਏ ਅੱਜ ਐਡੀਡਾਸ ਦੇ, ਧਾਲੀਵਾਲ ਸਾਹਿਬ ਨੇ ਨਾਈਕੀ ਵਾਲੇ ਪਾਏ ਨੇ। ਮਾਮਾ ਬੀਅਰ ਸਟੈਂਡ ਅੱਜ ਚੱਲਦੇ ਆ ਅੰਦਰ। ਕਹਿੰਦੇ ਨੋ ਸ਼ਰਟ ਨੋ ਸ਼ੂਜ਼ ਨੋ ਸਰਵਿਸ, ਬਾਥਰੂਮਸ ਆਰ ਓਨਲੀ ਫੋਰ ਕਸਟਮਰ। ਆਈਸਕ੍ਰੀਮ ਹੈ ਨੀ ਹੈ ਨੀ ਹਾਏ ਉਹ ਅੰਦਰ ਹੀ ਆ, ਜਾਊਗਾ ਜਾਊਗਾ ਜਾਊਗਾ, ਆਪਾਂ ਚੱਲਦੇ ਹਾਂ ਥੱਲੇ। ਵਾਓ ਜੀ ਨਾਈਸ, ਅੱਜ ਚੱਲਦੇ ਹਾਂ ਨਾ, ਇੱਥੋਂ ਕਿਹੜਾ ਕਿਸੇ ਨੇ ਚੱਕਣੀਆਂ। ਪਾਣੀ ਪਾਣੀ ਹੋਇਆ ਪਿਆ ਆ, ਲੱਗ ਤਾਂ ਇੱਦਾਂ ਹੀ ਰਿਹਾ ਆ ਬਈ, ਮੱਛਰ ਬਹੁਤ। ਤੈਰਨਾ ਕਿਸੇ ਨੂੰ ਨੀ ਆਉਂਦਾ। ਉਹ ਦੇਖੋ ਕੀ ਆਇਆ ਪਾਣੀ ਦੇ ਵਿੱਚ, ਕੀ ਆਇਆ ਬਤਕ ਹੈ ਹੋਰ ਕੀ ਆ, ਹੰਸ ਹੰਸ ਹਾਂ ਵਾਈਟ ਜਿਹਾ ਹੰਸ ਹੀ ਹੁੰਦਾ। ਆਈਸਕ੍ਰੀਮ ਪੱਚ ਗਿਆ ਜਲਦੀ, ਚੱਲ ਚੱਲ ਬਈ, ਐਂ ਵੀ ਖਿਚਾਉਣੀ ਫੋਟੋ। ਚੱਲ ਯਾਰ ਤਾਲੀਵਾਲ ਇਹਨਾਂ ਨੇ ਨੀ ਖਿੱਚਣੀ ਆਪਣੀ, ਆਪਾਂ ਚੱਲੀ ਆ ਗਿਆ। ਚੱਲ ਵੇਖੋ ਯਾਰ ਕਿਹੜੇ ਪੋਚ ਫੋਟੋ ਅੰਗੇ ਜਾਂਦਾ, ਫੇਰ ਬਣਾਈ ਫਿਰ ਟੇਲੰਟ। ਇਹਨਾਂ ਦਾ ਫੋਟੋ ਸ਼ੂਟ ਹੀ ਨੀ ਖਤਮ ਹੋਣ ਦਿਆ ਤੇ ਸਾਡੀਆਂ ਫੋਟੋ ਹੀ ਨੀ ਕੋਈ ਖਿੱਚਣ ਦਿਆ। ਆਹ ਵੇਖੋ ਅਸੀਂ ਸੈਲਫੀਆਂ ਮਾਰੀ ਜਾਂਦੇ, ਕਿਉਂ ਤਾਲੀਵਾਲ? ਆਹ ਦੇਖੋ ਐਂ ਤਾਲੀਵਾਲ ਖਿੱਚੀ ਸੈਲਫੀ ਹਾਏ ਬਾਈ ਯਾਰ, ਪਰ ਜੋ ਵੀ ਆ ਯਾਰ ਵਿਊ ਬਹੁਤ ਘੈਂਟ ਹੈ। ਕਿਹਨੂੰ ਦਿੱਤਾ ਓਏ ਬਰੋ, ਕਿਹਨੂੰ ਐਨਕ ਦੇ ਦਿੱਤੀ ਤੂੰ, ਕਿਉਂ ਬੇਇੱਜ਼ਤੀ ਕਰਾਉਂਦਾ ਉਹਦੀ ਐਨਕ ਦੀ, ਇਹਦੀ ਇੱਦਾਂ ਹੀ ਖਿੱਚਦੇ ਬਰੋ, ਢਿੱਡ ਅੰਦਰ ਕਾ ਤਰੋ। ਫੋਟੋ ਸ਼ੂਟ ਆਈ ਥਿੰਕ ਸਾਡਾ ਤਾਂ ਮੁੰਡਿਆਂ ਦਾ ਹੋ ਗਿਆ ਡਨ, ਉਹ ਬੀਬੀਆਂ ਅਜੇ ਵੀ ਖਿੱਚੀ ਜਾਂਦੀਆਂ, ਪਤਾ ਨਹੀਂ ਕਿੱਥੇ ਗਈਆਂ, ਕਿੱਥੇ ਆ ਉਹ ਅਜੇ ਵੀ ਖਿੱਚੀ ਜਾਂਦੇ। ਚਲੋ ਆਪਾਂ ਹੁਣ ਆਈਸਕ੍ਰੀਮ ਖਾਂਦੇ ਹਾਂ ਤੇ ਫਿਰ ਆਪਾਂ ਇੰਡੀਆ ਤੋਂ ਨਹੀਂ ਰਜਾਇਨਾ ਤੋਂ, ਰਜਾਇਨਾ ਤੋਂ ਆਪਾਂ ਸਮਾਨ ਲੈਂਦਾ ਖਾਣ ਪੀਣ ਵਾਲਾ, ਫਿਰ ਆਪਾਂ ਬੀਚ ਦੇ ਉੱਥੇ ਓਲੇ ਜੇ ਬਹਿ ਕੇ ਉੱਥੇ ਖਾਵਾਂਗੇ ਔਰ ਸਨਸੈਟ ਦੇ ਵਿਊ ਇੰਜੋਏ ਕਰਾਂਗੇ ਤੇ ਫਿਰ ਤੁਹਾਨੂੰ ਰੋਮਨ ਰੈਵਨ ਬਾਰੇ ਥੋੜ੍ਹਾ ਬਹੁਤ ਦੱਸਣਗੇ। ਇੱਧਰੋਂ ਟੱਲੀ ਜੀ ਵਜਾਈ ਦੀ ਆ, ਜਿਹੜਾ ਇਹਨਾਂ ਕੋਲ ਕੋਟਨ ਕੈਂਡੀ ਡੱਚ ਚੋਕਲੇਟ ਹਾਈ ਬਰਥਡੇ ਪਾਰਟੀ ਬਬਲ ਗਮ। ਮੇਰੀ ਆਈਸਕ੍ਰੀਮ ਕਿੱਥੇ ਹੋਏ? ਆਉਗੀ ਹੁਣ ਥੋੜੀ ਆਉ। ਡਰ ਮਨਦੀਪ ਦੀ ਆਈਸਕ੍ਰੀਮ ਆਫ ਹਿਮ। ਥੈਂਕ ਯੂ ਬਾਸ, ਥੈਂਕ ਯੂ, ਹੈਵ ਅ ਗੁੱਡ ਵਨ। ਯੂ ਟੂ। ਦਾ ਸੋਹਣਾ ਵਿਊ ਹੋਵੇ ਤੇ ਨਾਲ ਹੋਵੇ ਆਈਸਕ੍ਰੀਮ, ਅਲੱਗ ਹੀ ਨਜ਼ਾਰਾ ਹੈ। ਯੈਸ, ਜ਼ਬਰਦਸਤ। ਸੋ ਮਿੱਤਰੋ, ਜਿੱਦਾਂ ਕਈ ਬੰਦੇ ਬੋਲਦੇ ਨੇ ਸਸਕੈਚੁਅਨ ਚ ਕੁਛ ਨਹੀਂ ਹੈਗਾ, ਸੋ ਬਾਬੇ ਇੱਦਾਂ ਦਾ ਕੁਛ ਨਹੀਂ ਆ। ਕਈ ਕਹਿੰਦੇ ਸਸਕੈਚੁਅਨ ਚ ਡਿਪਰੈਸ਼ਨ ਆ, ਹਨਾ। ਬਾਕੀ ਇੱਕ ਗੱਲ ਆ, ਜੇ ਇੱਥੇ ਵਾਕਈ ਨੇਚਰ ਦੇਖਣਾ ਵਾ ਤੇ ਨੇਚਰ ਸਸਕੈਚੁਅਨ ਚ ਹੈਗਾ ਆ, ਤਾਂ ਤੁਸੀਂ ਉਹੋ ਜੀ ਕਿ ਲਾਈਕ ਜਗਾਵਾਂ ਲੱਭ ਸਕਦੇ ਹੋ ਸ਼ਹਿਰੋਂ ਬਾਹਰ ਨਿਕਲ ਕੇ। ਐਵੇਂ ਕਿ ਬਈ ਸਰਦੀਆਂ ਚ ਔਖਾ ਹੋ ਜਾਂਦਾ ਆ ਕਿ ਸਰਦੀਆਂ ਚ ਲੇਕ ਲੂਕ ਜੰਮ ਜਾਂਦੀਆਂ, ਸਾਰਾ ਫਰੋਜ਼ਨ ਹੋ ਜਾਂਦਾ ਨਾ, ਬਿਲਕੁਲ। ਉਹਦੇ ਕਰਕੇ ਮਤਲਬ ਸਰਦੀਆਂ ਚ ਲੱਗਦਾ ਆ ਕਿ ਵੀ ਇੱਥੇ ਹੈ ਨਹੀਂ ਕੁਝ, ਲੱਗਦਾ ਆ ਉਹ ਤੇ ਹਾਂ 5-6 ਮਹੀਨੇ ਸਾਨੂੰ ਵੀ ਲੱਗਦਾ, ਪਰ ਯਾਰ ਗਰਮੀਆਂ ਗਰਮੀਆਂ 'ਚ ਫਿਰ ਹਾਂ ਤੁਹਾਨੂੰ ਸਿਟੀ ਤੋਂ ਬਾਹਰ ਜਾ ਕੇ ਵਧੀਆ ਨਾ ਟਾਈਮ ਕੱਢਣਾ ਪੈਣਾ ਆ। ਬਿਲਕੁਲ, ਹੁਣ ਵਧੀਆ ਵਧੀਆ ਲੋਕੇਸ਼ਨ ਉਰੋਂ ਕਈ ਵਾਰ 3-4 ਘੰਟੇ ਦੂਰ ਹੁੰਦੀਆਂ ਨੇ, ਕਿਉਂਕਿ ਸਸਕੈਚੁਅਨ ਖੁੱਲਾ ਜ਼ਿਆਦਾ ਆ, ਇੱਥੇ ਸ਼ਹਿਰ ਛੋਟੇ ਛੋਟੇ ਨੇ, ਹਨਾ। ਜਿੱਦਾਂ ਉੱਥੇ ਇਕੱਲਾ ਸਟੋਰ ਸੀਗਾ ਜਿੱਥੋਂ ਆਪਾਂ ਸਮਾਨ ਲੈ ਕੇ ਆਏ ਸੀ, ਸੋ ਇੱਥੇ ਜੀ ਤੁਸੀਂ ਕੈਂਪਿੰਗ ਵੀ ਕਰ ਸਕਦੇ ਹੋ। ਸੋ ਆ ਕੈਂਪ ਸਾਈਟਸ ਬਣੀਆਂ ਹੋਈਆਂ ਨੇ ਪ੍ਰੋਪਰ, ਜਿੱਥੇ ਪ੍ਰੋਪਰ ਇੱਕ ਟੇਬਲ ਹੁੰਦਾ ਹੈ ਔਰ ਇੱਕ ਬੋਨਫਾਇਰ ਵਾਲੀ ਜਗ੍ਹਾ ਹੁੰਦੀ ਆ, ਇੱਥੇ ਤੁਸੀਂ ਕੈਂਪ ਸਾਈਟ ਅਤੇ ਕੈਂਪਿੰਗ ਕੈਂਪ ਸਾਈਟ ਨੂੰ ਬੁੱਕ ਕਰਕੇ ਇੱਥੇ ਕੈਂਪਿੰਗ ਕਰ ਸਕਦੇ ਹੋ। ਔਰ ਬਾਬੇ ਉਹ ਇੱਥੇ ਤੁਸੀਂ ਹੋਰ ਕੀ ਕਰ ਸਕਦੇ ਹੋ, ਇੱਥੇ ਤੁਸੀਂ ਵਾਟਰ ਪਾਰਕ ਹੈ, ਹੁਣ ਅੱਜ ਐਜ਼ ਗਰਮੀਆਂ ਜਸਟ ਸਟਾਰਟ ਹੀ ਹੋਈਆਂ ਨੇ, ਤੋ ਜਨਤਾ ਮੈਨੂੰ ਲੱਗਦਾ ਆਪਣੇ ਇੱਥੇ ਜਿਹੜਾ ਵਾਟਰ ਪਾਰਕ ਵਾਲਾ ਸਮਾਨ ਆ
ਉਹ ਇੱਥੇ ਲੈ ਕੇ ਆਉਣਗੇ ਬੋਟਸ ਵਗੈਰਾ ਜਾਂ ਕੁਛ ਅੱਜ ਦੇਖ ਨਹੀਂ ਰਹੀ ਹਾਂ ਬਟ ਇੱਥੇ ਦੱਸ ਰਿਹਾ ਕਿ ਅਨਸੁਪਰਵਾਈਜ਼ਡ ਸਵਿਮਿੰਗ ਏਰੀਆ ਸੋ ਇੱਥੇ ਅਗਰ ਤੁਸੀਂ ਕਰਨਾ ਹੋਇਆ ਸਵਿਮਿੰਗ ਵਗੈਰਾ ਕਰ ਸਕਦੇ ਹੋ ਬਟ ਫਿਸ਼ਿੰਗ ਇੱਥੇ ਅਲਾਊਡ ਨਹੀਂ ਹੈਗੀ ਫਿਸ਼ਿੰਗ ਤੁਸੀਂ ਇੱਥੇ ਨਹੀਂ ਕਰ ਸਕਦੇ ਬਾਕੀ ਇੱਥੇ ਮੈਨੂੰ ਲੱਗਦਾ ਕੁਛ ਰੂਲਸ ਨੇ ਉਹ ਦੇਖੋ ਕੁਛ ਪ੍ਰਾਈਜ਼ਿੰਗ ਹੈਗੀ ਆ $15 ਐਨ ਆਵਰ ਮੈਨੂੰ ਲੱਗਦਾ ਕਯਾਕ ਜਾਂ ਕੋਈ ਹੋਰ ਚੀਜ਼ਾਂ ਹੈ ਧਾਲੀਵਾਲ ਇੱਥੋਂ ਰੈਂਟ ਕਰ ਸਕਦੇ ਹੋਵਾਂਗੇ ਹੈ ਨਾ ਕੁਛ ਤਾਂ ਹੋਣਾ ਬਟ ਹਜੇ ਇਹ ਚੀਜ਼ਾਂ ਬੰਦ ਨੇ ਕੁਮਰ ਰਹਿਮਨ ਦੀ ਬਹੁਤ ਸੋਹਣੀ ਜਗ੍ਹਾ ਜਿੱਥੇ ਤੁਸੀਂ ਖੜ ਕੇ ਫੋਟੋ ਖਿਚਾ ਸਕਦੇ ਹੋ ਔਰ ਬਾਬਾ ਬਾਬਾ ਉੱਧਰ ਦੇਖੋ ਨਿਆਣਾ ਬਣਿਆ ਪਿਆ ਬਾਬਾ ਜੀ ਹਾਂਜੀ ਬਾਬਾ ਜੀ ਬਾਬਾ ਜੀ ਔਰ ਗਾਬਾ ਜੀ ਹਾਂ ਵੀ ਆ ਰਿਹਾ ਮਜ਼ਾ ਵਾਹ ਬੇਟੇ ਬੇਟੇ ਮੌਜ ਕਰਦੀ ਅੱਜ ਪਿੰਕ ਝੂਟ ਦੇ ਬਰੋ ਗਈ 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 ਮਿੱਤਰੋ ਬੀਚ ਦੇ ਨਜ਼ਾਰੇ ਇੱਧਰ ਦੇਖੋ ਇੱਧਰ ਦੇਖੋ ਉੱਧਰ ਉੱਧਰ ਵੇਖੋ ਕੀ ਕਰਦੀ ਖੇਡ ਵੀ ਸਕਦੇ ਹੋ ਹਾਂ ਕੱਚੀ ਗਿਰੀ ਤੇਰੀ ਕੱਚੀ ਗਿਰੀ ਕਦੋਂ ਬੰਦ ਹੋ ਜਾਂਦੀ ਹੈ ਫਾਈਨਲੀ ਜਗ੍ਹਾ ਲੱਭ ਗਈ ਅਨਬਾਕਸਿੰਗ ਹੋ ਗਈ ਆ ਨੂਡਲਸ ਮਨਚੂਰੀਅਨ ਰਾਈਸ ਪਨੀਰ ਟਿੱਕਾ ਕਿੱਦਾਂ ਵਧੀਆ ਵਿਊ ਵਿਦ ਕੈਂਟ ਖਾਣਾ ਓ ਬਾਈ ਤਾਲੀਵਾਲ ਦੀ ਸਲਵਾਰ ਫਟ ਗਈ ਬਾਈ ਦੀ ਸਲਵਾਰ ਫਟ ਗਈ ਓ ਬੱਲੇ ਏ ਇਹਨੂੰ ਇਹਨੂੰ ਪੈਂਟ ਨਹੀਂ ਪਾਉਣ ਦੇਣੀ ਫਿਰ ਚਿੱਟੇ ਸੂਟ ਤੇ ਦਾਗ ਪੈ ਗਏ ਚਲੋ ਵੇਖਦੇ ਕਿਹੜਾ ਦੂਰ ਸੁੱਟਦਾ ਚਲੋ ਸੁੱਟੋ ਸੁੱਟੋ ਚੱਲ ਬਰੋ ਚੱਲ ਕਿੱਥੇ ਗਏ ਓ ਅੱਗੇ ਗਿਆ ਲਓ ਬਾਬਿਓ ਇੱਕ ਕੁਦਰਤ ਦਾ ਨਜ਼ਾਰਾ ਤੁਹਾਨੂੰ ਆਪਾਂ ਇੱਕ ਹੋਰ ਦਿਖਾਉਂਦੇ ਹਾਂ ਇੱਕ ਤਾਂ ਇੱਧਰ ਤੁਸੀਂ ਦੇਖੋ ਸਨਸੈਟ ਹੋ ਰਿਹਾ ਆ ਐਂਡ ਇੱਧਰ ਧਾਲੀਵਾਲ ਸਾਹਿਬ ਨੂੰ ਦੇਖ ਲਓ ਐਂਡ ਦੂਜੀ ਸਾਈਡ ਉੱਧਰ ਬਤਕਾਂ ਬੈਠੀਆਂ ਹੋਈਆਂ ਨੇ ਜਿਹੜੀਆਂ ਵੀ ਆ ਬਾਈ ਜ਼ਬਰਦਸਤ ਚੱਲੀਏ ਜਲਦੀ ਉੱਧਰ ਦੇਖੋ ਉੱਧਰ ਦੇਖੋ ਜ਼ੂਮ 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 ਉੱਧਰ ਦੇਖੋ ਆਜਾ 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 ਚੱਲਦੇ ਹਾਂ ਬੈਠੀਆਂ ਸਨਸੈਟ ਹੋ ਗਿਆ ਸ਼ਾਮਾਂ ਪੈ ਗਈਆਂ ਨੇ ਤੇ ਹੁਣ ਅਸੀਂ ਘਰਾਂ ਨੂੰ ਚੱਲੇ ਹਾਂ ਉਹ ਫੁੱਲੀ ਤੁਹਾਨੂੰ ਸਨਸੈਟ ਵਧੀਆ ਲੱਗਾ ਹੋਊਗਾ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਰੋਮਨ ਰੈਮਨਸ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਪਲੀਜ਼ ਕਮੈਂਟਾਂ 'ਚ ਜ਼ਰੂਰ ਦੱਸ ਦਿਓ ਅਤੇ ਇੱਕ ਰੈਂਡਮ ਵਲੌਗ ਸੀਗਾ ਕਿਉਂ ਧਾਲੀਵਾਲ ਜੀ ਹਾਂਜੀ ਵੀ ਆਪਾਂ ਦੁਪਹਿਰੇ ਨਹੀਂ ਸਵੇਰੇ ਉੱਠੇ ਅਤੇ ਆਪਾਂ ਸੋਚਿਆ ਕਿ ਅੱਜ ਰੋਮਨਸ ਰੈਮਨਸ ਚੱਲਦੇ ਹਾਂ ਅਤੇ ਹੋਪਫੁਲੀ ਤੁਹਾਨੂੰ ਇਹ ਵਲੌਗ ਵਧੀਆ ਲੱਗੂਗਾ ਅਤੇ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਓ ਜਿਨ੍ਹਾਂ ਨੇ ਕਿ ਲਾਈਕ ਹਾਂ ਬਈ ਜਿਹੜੇ ਕਹਿੰਦੇ ਨੇ ਕਿ ਸਸਕੈਚੂਨ 'ਚ ਕੁਛ ਘੁੰਮਣ ਵਾਲਾ ਨਹੀਂ ਹੈਗਾ ਅਤੇ ਸਸਕੈਚੂਨ 'ਚ ਜਿਹੜੇ ਕੁਛ ਘੁੰਮਣਾ ਚਾਹੁੰਦੇ ਨੇ ਸੋ ਦਿਸ ਇਜ਼ ਦਾ ਬੈਸਟ ਪਲੇਸ ਸਨਸੈਟ ਲਈ ਆਓ ਜਾਂ ਸਨਰਾਈਜ਼ ਦੇ ਲਈ ਆਓ ਸੋ ਬਾਬਿਓ ਅਗਰ ਵਲੌਗ ਵਧੀਆ ਲੱਗਾ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਸਾਡੇ ਦੋਨਾਂ ਦੇ ਥੱਲੇ ਇੰਸਟਾਗ੍ਰਾਮ ਆ ਰਿਹਾ ਕਿਉਂ ਧਾਲੀਵਾਲ ਜੀ ਹਾਂਜੀ ਹੋ ਜਾ ਕੇ ਫੋਲੋ ਕਰ ਲਿਓ ਹਾਂਜੀ ਹਾਂਜੀ ਚੰਗਾ ਜੀ ਫਿਰ ਮਿਲਦੇ ਹਾਂ ਅਗਲੀ ਵਲੌਗ 'ਚ ਟਿਲ ਦੈਨ ਜੀ ਸਟੇ ਸੇਫ ਸਟੇ ਕਮ ਐਂਡ ਸਟੇ ਟਿਊਨਡ ਅਗਲਾ ਪ੍ਰੋਵਿੰਸ਼ੀਅਲ ਪਾਰਕ ਹੈ ਨੈਸ਼ਨਲ ਪਾਰਕ ਯੈਸ ਅਗਲੇ ਵਲੌਗ ਕੈਂਪਿੰਗ ਵਲੌਗ ਜਾਣੇ ਚਲੋ ਚੱਲਦੇ ਹਾਂ ਮਿਲਦੇ ਹਾਂ ਸਟੇ ਸੇਫ ਸਟੇ ਕਮ ਐਂਡ ਸਟੇ ਟਿਊਨਡ ਬਾਏ